ਆਪੇ ਡਿੱਗ ਪਿਆ ਜਾਂ ਛਾਲ ਮਾਰਤੀ ਜਾਂ ਕਿਸੇ ਨੇ ਧੱਕਾ ਦਿੱਤਾ, ਇਹ ਵੀ ਰੱਬ ਹੀ ਜਾਣਦਾ। ਇਹ ਕਹਿੰਦਾ ਮੈਨੂੰ ਸ਼ੈਤਾਨ ਨੇ ਸਿਰਤਾ ਤੇ ਇਹ ਆਪਣੀ ਸੁਰਤ ਬਸੁਰਤ ਵਿੱਚ ਨਹੀਂ ਸੀਗਾ, ਬਹੁਤ ਬੁਰਾ ਹਾਲ ਸੀ ਕਹਿੰਦੇ ਇਹਦਾ ਜੀ। ਤੇ ਫਿਰ ਇਹ ਕਹਿੰਦੇ ਉਹ ਪਰੇਡ ਕਰਨਾ ਪਿਆ ਸਾਨੂੰ ਇਹਦੀਆਂ ਬਾਹਾਂ ਦਾ, ਟਾਂਕੇ ਖੁੱਲ੍ਹੇ ਆ, ਪੱਟੀਆਂ ਲਾਈਆਂ ਹੋਈਆਂ ਸਰੀਰ 'ਤੇ, ਕੋਈ ਕੱਪੜਾ ਨਹੀਂ, ਬਿਲਕੁਲ ਅਲਫ ਨੰਗਾ, ਮਲ ਮੂਤਰ ਨਾਲ ਲੱਥ ਪੱਥ। ਪਹਿਲਾਂ ਤਾਂ ਡਾਕਟਰ ਬੜੀ ਬਦਤਮੀਜ਼ੀ ਨਾਲ ਇਹਨੂੰ ਬੋਲਦੇ ਆ ਵੀ ਇਹਦੀ ਤੁਹਾਡੇ ਨੌਕਰ ਨਹੀਂ ਹੈਗੇ। ਨਾ ਪੁੱਤ ਰੋਣਾ ਨਹੀਂ, ਬਾਬੇ ਰੋਣਾ ਨਹੀਂ। ਬਾਹਾਂ ਵੱਡੀਆਂ ਵਾਲਾ ਬੰਦਾ, ਪੱਟ ਟੁੱਟੇ ਵਾਲਾ ਬੰਦਾ, ਹੱਡੀਆਂ ਦਾ ਪਿੰਜਰ, ਇਹ ਜਿਉਂਦਾ ਰਹਿ ਗਿਆ, ਇੱਕ ਮਹੀਨਾ ਹੋ ਗਿਆ ਇਹਨੂੰ। ਵੀਰ ਤੇਰਾ ਕੀ ਨਾਂ ਹੈ? ਕੀ ਨਾਂ ਤੂੰ ਵੀਰ ਤੇ? ਨਾਮ ਹੈ ਨਿਯਾਮੁਦੀਨ ਬਾਬਾ। ਤੇ ਕਿੱਥੋਂ ਆਇਆ ਤੂੰ? ਕਿੰਨਾ ਚਿਰ ਹੋ ਗਿਆ ਤੈਨੂੰ ਇੱਥੇ ਐਡਮਿਟ ਹੋਏ ਨੂੰ? ਤੇ ਤੁਹਾਡੇ ਅੱਗੇ ਪਿੱਛੇ ਕੋਈ ਨਹੀਂ ਹੈ? ਕੋਈ ਛੋੜ ਕੇ ਚਲ ਗਿਆ? ਕੋਈ ਛੋੜ ਕੇ ਚਲ ਗਿਆ। ਤੋ ਆਪਕੋ ਇਸ ਹਾਲ ਮੇ ਡਾਕਟਰ ਵੀ ਨਹੀਂ ਦੇਖਤੇ? ਨਹੀਂ। ਤੋ ਆਪ ਕਹੀਂ ਜਾਣਾ ਚਾਹਤੇ ਹੈ? ਕਿਸੀ ਪਰਿਵਾਰ ਮੇ ਕਹਾਂ ਜਾਣਾ ਚਾਹਤੇ ਹੈ? ਹਮ ਤੋ ਮੰਦਿਰ ਮੇ ਆ ਰਹੇ ਹਾਂ, ਕਿ ਹਮ ਹਮੋਂ ਨੂੰ ਪਤਾ ਨਹੀਂ ਬੜਾ ਛੋਟ ਕੇ। ਹਾਂਜੀ, ਅੱਛਾ ਠੀਕ ਹੈ। ਤੇ ਅਗਰ ਹਮ ਆਪਕੋ ਕਹੀਂ ਬਚਾ ਦੇ ਕਿਸੀ ਅੱਛੀ ਜਗ੍ਹਾ ਮੇ, ਆਪ ਜਾਓਗੇ? ਹਾਂ ਯਸ। ਹਾਂ ਜਾਓਗੇ ਨਾ? ਹਾਂ ਹਾਂ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਦੇਖਿਆ ਵੀ ਆ, ਅਤੇ ਅੱਗੋਂ ਵੀ ਪੂਰੀ ਵੀਡੀਓ ਜ਼ਰੂਰ ਦੇਖਿਓ, ਵੀ ਇਹ ਵੀਰ ਜਿਹੜਾ ਆਪਣਾ ਨਾਮ ਨਿਜ਼ਾਮੂਦੀਨ ਦੱਸਦਾ ਜਾਂ ਇਹ ਨਿਜ਼ਾਮੂਦੀਨ ਦਾ ਰਹਿਣ ਵਾਲਾ ਵਾ, ਇਹ ਹਜੇ ਸਾਨੂੰ ਪਤਾ ਨਹੀਂ। ਇਹ ਆਪਣਾ ਸਹੀ ਐਡਰੈਸ, ਸਹੀ ਪਤਾ ਨਹੀਂ ਦੱਸ ਪਾ ਰਿਹਾ। ਇਹ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ 'ਤੇ ਟ੍ਰੇਨ 'ਚ ਜਾਂਦਾ ਜਾਂਦਾ ਡਿੱਗਿਆ। ਕਿਵੇਂ ਡਿੱਗਿਆ? ਆਪੇ ਡਿੱਗ ਪਿਆ ਜਾਂ ਛਾਲ ਮਾਰਤੀ ਜਾਂ ਕਿਸੇ ਨੇ ਧੱਕਾ ਦਿੱਤਾ, ਇਹ ਵੀ ਰੱਬ ਹੀ ਜਾਣਦਾ। ਇਹ ਕਹਿੰਦਾ ਮੈਨੂੰ ਸ਼ੈਤਾਨ ਨੇ ਸਿੱਟਤਾ ਥੱਲੇ। ਠੀਕ ਨਹੀਂ ਵੀਰਾ, ਦਿਮਾਗੀ ਸਹੀ ਤਰੀਕੇ ਨਾਲ ਦੱਸ ਨਹੀਂ ਪਾ ਰਿਹਾ, ਸੋਚ ਨਹੀਂ ਪਾ ਰਿਹਾ। ਪੰਜਾਬੀ ਬੋਲਦਾ, ਮਿਕਸ ਹਿੰਦੀ ਥੋੜ੍ਹੀ ਬਹੁਤੀ ਬੋਲਦਾ, ਲੁਧਿਆਣੇ ਦਾ ਵੀ ਨਾਂ ਲੈਂਦਾ, ਦਿੱਲੀ ਦਾ ਵੀ ਲੈਂਦਾ, ਕਿੱਥੋਂ ਦਾ ਇਹ ਹਜੇ ਕਲੀਅਰ ਨਹੀਂ ਹੋਇਆ ਸਾਨੂੰ। ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ, ਇੰਨਾ ਕੁ ਸੋਚ ਲਿਓ ਵੀ ਜਦੋਂ ਇਹ ਘਰੋਂ ਨਿਕਲਿਆ ਸੀ ਇਹ ਜਮ੍ਹਾਂ ਠੀਕ ਸੀ, ਇਹਦੇ ਦੋਨੇ ਹੱਥ ਅਤੇ ਦੋਨੇ ਪੈਰ ਸਲਾਮਤ ਸੀਗੇ, ਹੁਣ ਇਹਦਾ ਪੱਟ ਵੀ ਟੁੱਟਿਆ ਹੋਇਆ ਅਤੇ ਦੋਨੇ ਬਾਹਾਂ ਵੱਡੀਆਂ ਜਾ ਚੁੱਕੀਆਂ। ਇਹ ਟ੍ਰੇਨ ਦੇ ਵਿੱਚੋਂ ਡਿੱਗਦਾ, ਇਹਦੀਆਂ ਬਾਹਾਂ ਟੁੱਟ ਜਾਂਦੀਆਂ ਜਾਂ ਨਾਲ ਲਟਕਦੀਆਂ ਵਾਂ ਜਾਂ ਦੋ ਦੋ ਤਿੰਨ ਤਿੰਨ ਟੋਟੇ ਹੋ ਜਾਂਦੇ ਆ, ਇਹ ਪਤਾ ਨਹੀਂ ਕੁਛ ਵੀ। ਜਦੋਂ ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ ਸਾਹਿਬ 'ਚ ਗੁਰੂ ਰਾਮਦਾਸ ਮਹਾਰਾਜ ਦੇ ਘਰ GRP ਵਾਲੇ ਦਾਖਲ ਕਰਾਉਂਦੇ ਆ, GRP ਵਾਲੇ ਜਦੋਂ ਦਾਖਲ ਕਰਾ ਕੇ ਜਾਂਦੇ ਆ, ਉੱਥੇ ਨੰਬਰ ਵੀ ਜਿਹੜੇ ਦੋ ਫੋਨ ਨੰਬਰ ਪਾਉਂਦੇ ਨੇ ਆਪਦੇ, ਉਹ ਵੀ ਨਕਲੀ ਪਾ ਜਾਂਦੇ, ਗਲਤ ਨੰਬਰ। ਇੱਕ ਤਾਂ ਬੰਦ ਹੀ ਆ ਰਿਹਾ, ਇੱਕ ਕਹਿੰਦਾ ਰੋਂਗ ਨੰਬਰ ਆ ਚੱਕ ਕੇ ਫੋਨ। ਉਸ ਤੋਂ ਬਾਅਦ ਉੱਥੇ ਔਰਥੋ ਵਾਰਡ 'ਚ ਭੇਜਿਆ ਜਾਂਦਾ, ਉਸ ਤੋਂ ਪਹਿਲਾਂ ਟਰੋਮਾ ਵਾਰਡ 'ਚ ਭੇਜਿਆ ਜਾਂਦਾ ਜਿੱਥੇ ਇਹਦੀਆਂ ਬਾਹਾਂ ਦਾ ਐਂਪੂਟੇਟ ਕੀਤੀਆਂ ਜਾਂਦੀਆਂ, ਖੱਬੀ ਬਾਂਹ ਵੀ ਅਤੇ ਸੱਜੀ ਬਾਂਹ ਵੀ ਕੱਟੀ ਜਾਂਦੀ ਹੈ। ਇਹ ਦੋਨੋਂ ਬਾਹਾਂ ਇਹਦੀਆਂ ਕਿਸ ਹਾਲਤ 'ਚ ਕੱਟੀਆਂ ਗਈਆਂ, ਕਿਸ ਹਾਲਾਤ 'ਚ ਕੱਟੀਆਂ ਗਈਆਂ, ਇਹ ਵੀ ਪਤਾ ਨਹੀਂ, ਪਰ ਦੋਨੋਂ ਬਾਹਾਂ ਕੱਟੀਆਂ ਗਈਆਂ। ਪੰਜਵੇਂ ਮਹੀਨੇ ਦੀ 17 ਤਰੀਕ ਨੂੰ ਇਹ ਦਾਖਲ ਹੁੰਦਾ ਅਤੇ 17 ਤਰੀਕ ਨੂੰ ਇਹਦੀਆਂ ਬਾਹਾਂ ਵੱਢੀਆਂ ਜਾਂਦੀਆਂ। ਉਸ ਟਾਈਮ ਨਾਲ ਸੀਗੀਆਂ ਜਾਂ ਨਹੀਂ ਸੀਗੀਆਂ, ਇਹ ਵੀ ਕੋਈ ਪਤਾ ਨਹੀਂ। ਸੀਗੀਆਂ ਨਾਲ ਜੀ? ਸਵੇਰ ਦੇ ਟਾਈਮ ਦਾਖਲ ਹੋਇਆ, ਜਦੋਂ ਦਾਖਲ ਹੋਇਆ ਸਵੇਰੇ ਜੀ? ਨਹੀਂ, ਬਾਹਾਂ ਨਹੀਂ ਸੀ ਨਾਲ ਲਈਆਂ ਕਹਿੰਦੇ, ਬਾਹਾਂ ਵੱਡੀਆਂ ਗਈਆਂ ਸੀ ਟ੍ਰੇਨ ਥੱਲੇ, ਡਾਕਟਰ ਦੇ ਕਹਿਣ ਮੁਤਾਬਕ ਆ। ਓਕੇ, ਜਿਹੜੇ ਉਹ ਛੱਡਣ ਆਏ ਸੀ ਉਦੋਂ ਬਾਹਾਂ ਨਾਲ ਲੈ ਕੇ ਆਏ? ਚੱਕ ਕੇ ਬਾਹਾਂ ਲੈ ਕੇ ਨਹੀਂ ਆਏ ਚੱਕ ਕੇ, ਡਾਕਟਰ ਕਹਿੰਦੇ ਬਾਹਾਂ ਨਾਲ ਨਹੀਂ ਲੈ ਕੇ ਆਏ,
ਬਾਹਾਂ ਵੱਡੀਆਂ ਹੋਈਆਂ ਸੀ ਤੇ ਇਹ ਆਪਣੀ ਸੁਰਤ ਬਸੁਰਤ ਵਿੱਚ ਨਹੀਂ ਸੀਗਾ, ਬਹੁਤ ਬੁਰਾ ਹਾਲ ਸੀ ਕਹਿੰਦੇ ਇਹਦਾ ਜੀ। ਤੇ ਫਿਰ ਕਹਿੰਦੇ ਓਪਰੇਟ ਕਰਨਾ ਪਿਆ ਸਾਨੂੰ ਇਹਦੀਆਂ ਬਾਹਾਂ ਦਾ। ਤੇ ਫਿਰ ਜਿਵੇਂ ਪ੍ਰਿੰਸ ਵੀਰੇ ਹੋਣੀ ਸਾਡੀ ਟੀਮ ਦੇ ਮੈਂਬਰ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ, ਹਰਪਿੰਦਰ ਵੀਰਾ, ਪ੍ਰਿੰਸ ਵੀਰਾ, ਧਰਮਵੀਰ ਸਿੰਘ। ਪ੍ਰਿੰਸ ਵੀਰੇ ਨੂੰ ਤੁਸੀਂ ਦੇਖਦੇ ਹੋ ਅੱਗੇ ਵੀ ਦਰਬਾਰ ਸਾਹਿਬ ਦੇ ਨੇੜਿਓਂ ਜਿੰਨੀਆਂ ਵੀ ਉੱਥੋਂ ਸੇਵਾਵਾਂ ਸਾਨੂੰ ਮਿਲਦੀਆਂ ਪ੍ਰਿੰਸ ਵੀਰੇ ਹੋਣੀ ਸਾਡੇ ਕੋਲ ਪਹੁੰਚਦਾ ਕਰਦੇ ਨੇ ਸੇਵਾ। ਅੱਜ ਵੀ ਇਸ ਵੀਰ ਨੂੰ ਲੈ ਕੇ ਆਏ ਨੇ ਸਾਨੂੰ ਹੋਸਪਿਟਲ ਦੇ ਵਿੱਚੋਂ ਕਿਸੇ ਉਹਨਾਂ ਵੀਰਾਂ ਨੇ ਵੀਡੀਓ ਬਣਾ ਕੇ ਭੇਜੀ ਜਿਨ੍ਹਾਂ ਦੇ ਉੱਥੇ ਮਰੀਜ਼ ਦਾਖਲ ਸੀਗੇ। ਦੇਖੋ ਅੰਜੂ ਵਾਲਾ ਭੈਣ ਆਪਣੇ ਕਿਸੇ ਪੇਸ਼ੈਂਟ ਦਾ ਪਤਾ ਲੈਣ ਉੱਥੇ ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਉਹ ਸਾਹਮਣੇ ਕਮਰੇ ਦੇ ਵਿੱਚ ਇਹਨੂੰ ਬਿਨਾਂ ਕੱਪੜਿਆਂ ਤੋਂ ਅਲਫ ਨੰਗੇ ਨੂੰ ਅੱਧ ਵੱਡੇ ਸਰੀਰ ਨੂੰ ਦੇਖਦੀ ਹੈ ਭੈਣ। ਪੱਟ ਟੁੱਟਿਆ ਹੋਇਆ, ਆ ਵੀ ਲੱਤ ਲਟਕ ਰਹੀ ਆ, ਦੋਨੇ ਬਾਹਾਂ ਵੱਡੀਆਂ ਹੋਈਆਂ, ਟਾਂਕੇ ਖੁੱਲ੍ਹੇ ਆ, ਪੱਟੀਆਂ ਲਾਈਆਂ ਹੋਈਆਂ, ਸਰੀਰ 'ਤੇ ਕੋਈ ਕੱਪੜਾ ਨਹੀਂ, ਬਿਲਕੁਲ ਅਲਫ ਨੰਗਾ, ਮਲ ਮੂਤਰ ਨਾਲ ਲੱਥ ਪੱਥ। ਧੰਨਵਾਦ ਉੱਥੋਂ ਦੇ ਜੂਨੀਅਰ ਡਾਕਟਰਾਂ ਦਾ ਜਾਂ ਜਿਹੜੇ ਸਟਾਫ ਨਰਸਾਂ ਸੀ ਜਿਹੜੀਆਂ ਭੈਣਾਂ ਸਾਡੀਆਂ ਉੱਥੇ ਡਿਊਟੀ ਨਿਭਾਉਂਦੀਆਂ ਸੀ, ਉਹ ਕੋਈ ਨਾ ਕੋਈ ਰੋਟੀ ਦਿੰਦਾ ਸੀ, ਕੋਈ ਕੱਪੜੇ ਵੀ ਪਾ ਦਿੰਦੇ ਸੀ, ਪੱਟੀ ਵੀ ਕਰਨ ਦੇ ਲਾ ਦਿੰਦਾ ਸੀ। ਸੀਨੀਅਰ ਡਾਕਟਰਾਂ ਨੇ ਵੀ ਬਹੁਤ ਜ਼ੋਰ ਮਾਰਿਆ ਅੱਜ ਦੇ, ਬਹੁਤ ਉਹਨਾਂ ਨੇ ਵੀ ਰੋਟੀ ਪਾਣੀ। ਸੀਨੀਅਰ ਡਾਕਟਰ ਕਹਿੰਦੇ ਵੀ ਇਹਦੇ 'ਚ ਡਾਇਪਰ ਲਵਾਉਣ ਨੂੰ ਵੀ ਕਹਿੰਦੇ ਸੀ ਨਾ ਸਫਾਈ ਵਾਲੇ ਨੂੰ, ਜਾਂ ਕਿ ਇਹਨੂੰ ਤਾਂ 200 ਰੁਪਏ ਡਾਇਪਰ ਲਵਾਉਣ ਦਾ ਹੀ ਲੈਂਦੇ, ਉਹ ਆਪਣੇ ਕੋਲੋਂ ਪੈਸੇ ਖਰਚਦੇ ਰਹੇ ਅਤੇ ਜਿਹਦੇ ਕਰਕੇ ਜਿਉਂਦਾ ਰਹਿ ਗਿਆ। ਇੱਕ ਮਹੀਨਾ ਹੋ ਗਿਆ ਇਹਨੂੰ, ਬਾਹਾਂ ਵੱਡੀਆਂ ਵਾਲਾ ਬੰਦਾ, ਪੱਟ ਟੁੱਟੇ ਵਾਲਾ ਬੰਦਾ, ਹੱਡੀਆਂ ਦਾ ਪਿੰਜਰ, ਹਸਪਤਾਲ ਤੀਕਰ ਪਹੁੰਚਦਾ ਪਰ ਉੱਥੇ ਜੇ ਆਪਾਂ ਕਹੀਏ ਹੋਸਪਿਟਲ ਨੇ ਕੁਛ ਵੀ ਨਹੀਂ ਕੀਤਾ, ਹੋਸਪਿਟਲ ਦੀ ਮੈਨੇਜਮੈਂਟ ਨੇ ਕੁਛ ਵੀ ਨਹੀਂ ਕੀਤਾ। ਸਿਰਫ ਔਰਥੋ ਵਾਰਡ ਦੇ ਵਿੱਚ ਜਿਹੜੇ ਡਾਕਟਰ ਸੀ ਉਹ ਆਪਣੀ ਇਨਸਾਨੀਅਤ ਦੀ ਡਿਊਟੀ ਨਿਭਾਉਂਦੇ ਰਹੇ, ਪਰ ਜਿਹੜਾ ਅਸਲ ਇਹਨੂੰ ਟ੍ਰੀਟਮੈਂਟ ਚਾਹੀਦਾ ਸੀ, ਇਹਦੇ ਪੱਟ ਦਾ ਪਲਾਸਟਰ ਲੱਗਣਾ ਸੀ ਜਾਂ ਰੋਡ ਪੈਣੀ ਸੀ ਜਾਂ ਇਹਨੂੰ ਸਾਈਕੈਟ੍ਰਿਕ ਵਾਰਡ 'ਚ ਐਡਮਿਟ ਕਰਕੇ ਇਹਦਾ ਦਿਮਾਗ ਦਾ ਇਲਾਜ ਚੱਲਣਾ ਸੀ, ਉਹ ਨਹੀਂ ਕੀਤਾ ਗਿਆ ਕਿਉਂਕਿ ਦੂਸਰਾ ਡਿਪਾਰਟਮੈਂਟ ਦੂਸਰੇ ਡਿਪਾਰਟਮੈਂਟ ਨੂੰ ਉੱਥੇ ਕੋਈ ਜਵਾਬਦੇਹ ਨਹੀਂ। ਜਿਹੜੇ ਡਾਕਟਰਾਂ ਦੇ ਅੰਡਰੇ ਦਾਖਲ ਸੀਗਾ ਉਹ ਆਪਣੇ ਵੱਲੋਂ ਜਿੰਨੇ ਕੁ ਜੋਗੇ ਸੀਗੇ ਉਹ ਇਹਨੂੰ ਕਰੀਬ 42 ਦਿਨ ਹੋ ਗਏ ਉੱਥੇ ਪਏ ਨੂੰ, 42 ਦਿਨ ਉਹ 42 ਦਿਨ ਇਹਨੂੰ ਰੋਟੀ ਪਾਣੀ ਦਿੰਦੇ ਰਹੇ, ਇਹਦੇ ਪੱਟੀ ਮਲਮ ਕਰਦੇ ਰਹੇ। ਜਦੋਂ ਅੰਜੂ ਵਾਲਾ ਭੈਣ ਨੇ ਵੀਡੀਓ ਭੇਜੀ ਸਾਨੂੰ ਤਾਂ ਅਸੀਂ ਵੀ ਦੇਖ ਕੇ ਇੱਕ ਵਾਰ ਬਹੁਤ ਦੁੱਖ ਲੱਗਿਆ ਵੀ ਕੀ ਹਾਲਾਤ ਨੇ ਯਾਰ ਬੰਦੇ ਦੇ। ਭੈਣ ਨੇ ਵੀਡੀਓ ਭੇਜੀ ਹੈ, ਤੂੰ ਜਾ ਕੇ ਪਤਾ ਕਰ। ਅਤੇ ਪ੍ਰਿੰਸ ਉੱਥੇ ਜਾਂਦਾ, ਉੱਥੇ ਜਾ ਕੇ ਡਾਕਟਰਾਂ ਨਾਲ ਗੱਲ ਕਰਦਾ। ਪਹਿਲਾਂ ਤਾਂ ਡਾਕਟਰ ਬੜੀ ਬਦਤਮੀਜ਼ੀ ਨਾਲ ਇਹਨੂੰ ਬੋਲਦੇ ਆ ਵੀ ਅਸੀਂ ਤੁਹਾਡੇ ਨੌਕਰ ਨਹੀਂ ਹੈਗੇ। ਫਿਰ ਹੌਲੀ ਹੌਲੀ ਕਰਕੇ ਵੀਰ ਕਿਵੇਂ ਨਾ ਕਿਵੇਂ ਉੱਥੇ ਅਪਰੋਚ ਕਰਦਾ, ਸੀਨੀਅਰ ਡਾਕਟਰ ਸੁਰਿੰਦਰ ਜੀ ਮਿਲਦੇ ਨੇ, ਉਹ ਬਹੁਤ ਸਪੋਰਟ ਕਰਦੇ ਨੇ। ਉਹਨਾਂ ਨੇ ਫਿਰ ਉਹਨਾਂ ਨੂੰ ਦੱਸਿਆ ਵੀ ਜੇ ਤੁਸੀਂ ਐਡਮਿਟ ਇੱਥੋਂ ਲੈ ਕੇ ਜਾਣਾ ਪੇਸ਼ੈਂਟ ਤਾਂ ਲੈਟਰ ਪੈਡ 'ਤੇ ਲਿਖ ਕੇ ਦੇ ਦਿਓ ਵੀ ਅਸੀਂ ਪੇਸ਼ੈਂਟ ਦੀ ਸੇਵਾ ਕਰਨੀ ਚਾਹੁੰਦੇ ਹਾਂ, ਅਸੀਂ ਤੁਹਾਨੂੰ ਪੇਸ਼ੈਂਟ ਸਪੋਰਟ ਕਰ ਦਾਂਗੇ। ਤਾਂ ਫਿਰ ਅਸੀਂ ਇੱਥੋਂ ਲੈਟਰ ਪੈਡ 'ਤੇ ਲਿਖ ਕੇ ਰਿਕੁਐਸਟ ਭੇਜਦੇ ਹਾਂ। ਫਿਰ ਪ੍ਰਿੰਸ ਉਹਨਾਂ ਦੇ ਹਵਾਲੇ ਇਸ ਰੱਬ ਦੇ ਬੰਦੇ ਨੂੰ ਕੀਤਾ ਜਾਂਦਾ। ਇੱਥੇ ਜਾਤ ਧਰਮ ਕੋਈ ਮੈਣੇ ਨਹੀਂ ਰੱਖਦਾ, ਧਰਮ ਇਨਸਾਨੀਅਤ ਸਭ ਤੋਂ ਉੱਚਾ। ਇਹ ਵੀਰਾ ਆਪਣਾ ਨਾਮ ਨਿਜ਼ਾਮੂਦੀਨ ਦੱਸਦਾ, ਇਹ ਦੱਸਦਾ ਵੀ ਮੈਨੂੰ ਕਿਸੇ ਕਾਲੇ ਜਾਦੂ ਵਾਲੇ ਸ਼ੈਤਾਨ ਨੇ ਸਿੱਟਤਾ ਜਾਂ ਕੀ ਸਿੱਟਤਾ, ਇਹਦੀਆਂ ਗੱਲਾਂ ਇਹ ਤੋਂ ਵੀ ਪਰੇ ਦੀਆਂ ਵਾਂ। ਪਰ ਤੁਸੀਂ ਜ਼ਰੂਰ ਧਿਆਨ ਦਿਓ ਵੀਡੀਓ ਨੂੰ ਸ਼ੇਅਰ ਕਰਕੇ, ਇਸ ਬੱਚੇ ਨੂੰ ਇਹਦੇ ਆਪਣਿਆਂ ਤੀਕਰ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਿਓ। ਅੱਜ ਤਾਂ ਤੁਹਾਡੇ ਸਾਹਮਣੇ ਸਾਫ਼ ਸੁਥਰੇ ਕੱਪੜੇ ਪਾਈ ਬੈਠਾ,
ਨਾ ਪੁੱਤ ਰੋਣਾ ਨਹੀਂ। ਅਬੇ ਰੋਣਾ ਨਹੀਂ ਜਾਮੂ, ਰੋਣਾ ਨਹੀਂ, ਪੂਰਾ ਸਰੀਰ ਇਹਦਾ ਟੋਇਲਟ ਨਾ ਗੰਦ ਮੰਦ ਨਾ ਅਲੱਤ ਪੱਤ, ਕੰਨਾਂ 'ਚ ਵੀ ਹਜੇ ਵੀ ਸਮੈਲ ਆ ਰਹੀ ਹੈ, ਗੰਦਗੀ ਲੱਗੀ ਹੈ ਸਾਰੇ। ਪਰ ਇਹ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਤੀ ਅੱਜ, ਧੰਨਵਾਦ ਉਹਨਾਂ ਡਾਕਟਰਾਂ ਦਾ ਜਿਨ੍ਹਾਂ ਨੇ ਉੱਥੇ ਜਿੰਨੀ ਕੁ ਵੀ ਇਹਦੀ ਮਦਦ ਕਰ ਸਕੇ ਕੀਤੀ, ਜਿਹਦੇ ਕਰਕੇ ਅੱਜ ਇਹ ਜਿਉਂਦਾ ਵਾ। ਹੁਣ ਧੰਨਵਾਦ ਅਗਲਾ ਤੁਹਾਡਾ ਹੋਊ ਵੀ ਜੇ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਵੋ। ਇਸ ਬੱਚੇ ਨੂੰ 25-26 ਸਾਲ ਦੀ ਉਮਰ ਆ ਸਾਰੀ ਹੋਈ, ਚੜ੍ਹਦੀ ਜਵਾਨੀ 'ਚ ਬਾਹਾਂ ਵੱਢੀਆਂ ਗਈਆਂ, ਪਾਹਜ ਹੋ ਗਿਆ, ਅਤੇ ਜੇ ਆਪਣੇ ਲੱਭ ਜਾਣ ਤਾਂ ਆਪਣੇ ਘਰ ਜਾ ਕੇ ਰੋਟੀ ਪਾਣੀ ਖਾਣ ਜੋਗਾ ਹੋਜੂ, ਅਤੇ ਨਹੀਂ ਤਾਂ ਸਾਡੇ ਸੁਪਨਿਆਂ ਦੇ ਘਰ ਦਾ ਤਾਂ ਮੈਂਬਰ ਇਹ ਹੈਗਾ ਹੀ ਆ, ਅਸੀਂ ਜਿੰਨੀ ਸੇਵਾ ਹੋ ਸਕੂਗੀ ਕਰਾਂਗੇ। ਪਰ ਸਾਡੇ ਗੁਰਾਂ ਦੇ ਨਾਂ 'ਤੇ ਬਣਾਏ ਹਸਪਤਾਲ ਆ ਜਿਹੜੇ, ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਂ 'ਤੇ ਆ, ਗੁਰੂ ਨਾਨਕ ਮਹਾਰਾਜ ਜੀ ਦੇ ਨਾਂ 'ਤੇ ਆ, ਉੱਥੋਂ ਦੀ ਮੈਨੇਜਮੈਂਟ ਨੂੰ, ਉੱਥੋਂ ਦੇ ਪ੍ਰਬੰਧਕਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਬਾਈ, ਗੁਰਾਂ ਦੇ ਨਾਂ ਨੂੰ ਵੀ ਲਾਜ ਨਾ ਲਾਓ ਯਾਰ ਬਾਈ, ਜਾਂ ਤਾਂ ਨਾਮ ਹੀ ਬਦਲ ਕੇ ਕੋਈ ਹੋਰ ਰੱਖ ਦਿਉ, ਅਤੇ ਜਾਂ ਫਿਰ ਉੱਥੇ ਘੱਟੋ ਘੱਟ ਉਹ ਤਾਂ ਕਰੋ ਜੋ ਬਾਬੇ ਨਾਨਕ ਨੇ 13-13 ਤੋਲੀਆਂ ਸੀ, ਉਹ ਤਾਂ ਤੋਲ ਦਿਉ ਫਿਰ ਬਾਈ। ਸਭ ਤੋਂ ਵੱਧ ਲੋੜ ਤੁਹਾਡੇ ਹਸਪਤਾਲ 'ਚ ਉਹਨਾਂ ਨੂੰ ਆ ਜਿਨ੍ਹਾਂ ਦੇ ਨਾਲ ਕੋਈ ਹੈ ਹੀ ਨਹੀਂ, ਜਿਹੜੇ ਇਕੱਲੇ ਹੀ ਨੇ, ਜਿਨ੍ਹਾਂ ਦੇ ਮੂਹਰੇ ਲਿਖਿਆ ਅਨਨੋਨ, ਜਿਨ੍ਹਾਂ ਦੇ ਮੂਹਰੇ ਲਿਖਿਆ ਲਵਾਰਸ, ਉਹਨਾਂ ਦੀ ਬਾਂਹ ਫੜਨ ਵਾਸਤੇ ਵੀ ਜੇ ਉੱਥੇ ਤੁਹਾਡੇ ਕੋਲ ਕੋਈ ਸਮਰੱਥਾ ਹੈ ਨਹੀਂ ਗੀ, ਫਿਰ ਤਾਂ ਬਹੁਤ ਦੁੱਖ ਦੀ ਗੱਲ ਆ। ਉੱਥੇ ਸਾਡੀ ਬੇਨਤੀ ਐਸ ਜੀ ਪੀ ਸੀ ਨੂੰ, ਜੇ ਗੁਰੂ ਨਾਨਕ ਹੋਸਪਿਟਲ ਦੇ ਵਿੱਚ ਐਸ ਜੀ ਪੀ ਸੀ ਦਾ ਇੱਕ ਪ੍ਰਬੰਧਨ ਹੋ ਜਾਵੇ ਅਨਨੋਨ ਵਾਰਡ 'ਚ, ਵੀ ਜਿਨ੍ਹਾਂ ਦੇ ਲਵਾਰਸ ਨੇ ਕੋਈ ਨਹੀਂ ਹੈਗੇ, ਉਹਨਾਂ ਨੂੰ ਘੱਟੋ ਘੱਟ ਸਹਾਰਾ ਉੱਥੇ ਦਿੱਤਾ ਜਾਵੇ, ਤਾਂ ਫਿਰ ਇਹ ਮਾਵਾਂ ਦੇ ਪੋਤਿਆਂ ਰੌਲ ਦੇਣਾ, ਹੋ ਸਕਦਾ ਸ਼ਾਇਦ ਇਹਦੀਆਂ ਬਾਹਾਂ ਵੀ ਕਿਤੇ ਨਾ ਕਿਤੇ ਬਚ ਜਾਂਦੀਆਂ, ਕਿਉਂਕਿ ਇਹਨੂੰ ਚੱਕਣ ਵਾਲਾ ਇਹਨੂੰ ਸ਼ਾਇਦ ਇਹਦੇ ਨਾਲ ਇਹਦੀਆਂ ਬਾਹਾਂ ਨੂੰ ਵੀ ਚੱਕ ਕੇ ਲੈ ਆਉਂਦਾ। ਇਹਦੀਆਂ ਇਕੱਲੇ ਦੀਆਂ ਬਾਹਾਂ ਨਹੀਂ, ਪਤਾ ਨਹੀਂ ਹੋਰ ਕਿੰਨਿਆਂ ਦੀਆਂ ਉੱਥੇ ਇੱਦਾਂ ਜ਼ਿੰਦਗੀਆਂ ਤੜਫ ਤੜਫ ਕੇ ਖਤਮ ਹੋ ਜਾਂਦੀ। ਪਹਿਲਾਂ ਵੀ ਬੜੇ ਪੇਸ਼ੈਂਟ ਉੱਥੋਂ ਆਏ ਨੇ ਸਾਡੇ ਕੋਲ ਜਾਂ ਲੈ ਕੇ ਆਏ ਆ, ਅੱਜ ਵੀ ਇੱਕ ਵੀਰ ਆਇਆ, ਇਹਨਾਂ ਦੀ ਬਾਂਹ ਫੜਿਓ। ਧੰਨਵਾਦ ਆ ਪ੍ਰਿੰਸ ਵੀਰ ਦਾ ਅਤੇ ਹਰਪਿੰਦਰ ਵੀਰ ਦਾ ਅਤੇ ਬਾਈ ਧਰਮਵੀਰ ਜੀ ਦਾ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਅੱਜ ਸਾਨੂੰ ਇਹ ਸੇਵਾ ਬਖਸ਼ੀ। ਅਤੇ ਦੂਸਰਾ ਧੰਨਵਾਦ ਆ ਸਾਡੀ ਭੈਣ ਅੰਜੂ ਬਾਲਾ ਦਾ, ਜਿਹੜੀ ਜਾਂਦੀ ਜਾਂਦੀ ਆਪਣੀ ਡਿਊਟੀ ਨਿਭਾ ਗਈ, ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾ ਗਈ। ਨਹੀਂ ਤਾਂ 42 ਦਿਨਾਂ 'ਚ ਪਤਾ ਨਹੀਂ ਕਿੰਨੇ ਲੋਕਾਂ ਨੇ ਇਹਨੂੰ ਦੇਖਿਆ ਹੋਊ, ਪਰ ਉਹਨਾਂ ਨੇ ਅਣਡਿੱਠਾ ਹੀ ਕਰਤਾ ਦੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।